ਸਾਡਾ ਟੀਵੀ ਯੂਐਸਏ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ। ਹਾਜ਼ਰ ਹੋયા ਤੁਹਾਡੇ ਲਈ ਲੈ ਕੇ ਵੱਡੀ ਅਪਡੇਟ ਅਪਡੇਟ ਆ ਰਹੀ ਹੈ। ਅਮਰੀਕਾ ਤੋਂ ਅਮਰੀਕਾ ਚ ਭਾਰਤੀ ਤੇ ਵੱਡੇ ਦੋਸ਼ ਲੱਗੇ ਹਨ। ਸ਼ਰਮਨਾਕ ਕਾਰਾ ਇੱਕ ਭਾਰਤੀ ਵਿਅਕਤੀ ਵੱਲੋਂ ਕੀਤਾ ਗਿਆ ਕਰੋਨਾ ਰਾਹਤ ਦੇ 178 ਕਰੋੜ ਰੁਪਏ ੜਕਾਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਜ਼ਾ ਦੇ ਤੌਰ 'ਤੇ ਉਸ ਵਿਅਕਤੀ ਦੀ ਸਾਰੀ ਦੌਲਤ ਜ਼ਬਤ ਕਰ ਲਈ ਜਾਵੇਗੀ। ਖਬਰ ਅਮਰੀਕੀ ਸੂਬੇ ਟੈਕਸਾਸ ਦੀ ਡੈਲਸ ਕਾਉਂਟੀ ਦੇ ਉੱਤਰ-ਪੱਛਮ ਸਥਿਤ ਸ਼ਹਿਰ ਕੌਂਪੇਲ ਰਹਿੰਦੇ ਭਾਰਤੀ ਮੂਲ ਦੇ ਇੱਕ ਵਿਅਕਤੀ ਦਿਨੇਸ਼ ਸ਼ਾਹ ਨੂੰ ਅਦਾਲਤ ਨੇ 178 ਕਰੋੜ ਰੁਪਏ ਤੋਂ ਵੱਧ ਦੀ ਰਕਮ ਧੋਖਾ ਧੜੀ ਨਾਲ ਹੱਪ ਲੈਣ ਦਾ ਦੋਸ਼ੀ ਕਰਾਰ ਦੇ ਦਿੱਤਾ ਹੈ 55 ਸਾਲਾ ਦਿਨੇਸ਼ ਨੇ ਦਰਸਲ ਕੋਵਿਡ-19 ਰਾਹਤ ਯੋਜਨਾ ਦੇ ਤਹਿਤ ਜਨਤਾ ਨੂੰ ਦਿੱਤੀ ਜਾਣ ਵਾਲੀ ਰਕਮ 'ਚ 1.4 ਕਰੋੜ ਰੁਪਏ ਦਾ ਘੁਟਾਲਾ ਕੀਤਾ ਹੈ ਟੈਕਸਾਸ ਦੇ ਉੱਤਰੀ ਜ਼ਿਲ੍ਹੇ ਦੇ ਸਰਕਾਰੀ ਵਕੀਲ ਨੇ justice.govment ਉੱਤੇ ਇਸ ਸੰਬੰਧੀ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਟੈਕਸਾਸ ਦੀ ਸਰਕਾਰੀ ਵੈਬਸਾਈਟ ਉੱਤੇ ਮੌਜੂਦ ਵੇਰਵਿਆਂ ਤੇ ਅਦਾਲਤ 'ਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦਿਨੇਸ਼ ਸ਼ਾਹ ਨੇ 15 ਅਰਜ਼ੀਆਂ ਵੱਖ-ਵੱਖਰੇ ਫਰਜ਼ੀ ਕਾਰੋਬਾਰੀ ਦਾਖਲ ਕੀਤੀਆਂ ਅਤੇ ਕਰੋਨਾ ਸੰਕਟ ਦੌਰਾਨ ਅਮਰੀਕੀ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਰਾਹਤ ਯੋਜਨਾ ਪੇ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਇਹਨਾਂ ਕੁਲ 24.8 ਮਿਲੀਅਨ ਅਮਰੀਕੀ ਡਾਲਰ ਦੇ ਹਰਜਾਨੇ ਦਾ ਦਾਅਵਾ ਪੇਸ਼ ਕੀਤਾ ਸੀ ਦਿਨੇਸ਼ ਨੇ ਦਾਅਵਾ ਕੀਤਾ ਸੀ ਕਿ ਨਾ ਸਾਰੇ ਕਾਰੋਬਾਰੀ ਅਦਾਰਿਆਂ ਦੇ ਅਨੇਕ ਮੁਲਾਜ਼ਮ ਹਨ ਜਿਨ੍ਹਾਂ ਦੀਆਂ ਤਨਖਾਹਾਂ ਕੋਰੋਨਾ ਲਾਕਡਾਊਨ ਕਰਕੇ ਰੁਗ ਗਈਆਂ ਹਨ ਪਰ ਅਸਲ ਵਿੱਚ ਅਜਿਹਾ ਨਾ ਕੋਈ ਕਾਰੋਬਾਰ ਸੀ ਤੇ ਨਾ ਹੀ ਕਿਤੇ ਕਿ ਮੁਲਜ਼ਮ ਸਨ ਅਦਾਲਤ 'ਚ ਇਹ ਸਿੱਧ ਹੋ ਗਿਆ ਕਿ ਦਿਨੇਸ਼ਵਰ ਤੋਂ 15 ਅਰਜ਼ੀਆਂ ਨਾਲ ਦਾਖਲ ਕੀਤੇ ਗਏ ਸਾਰੇ ਦਸਤਾਵੇਜ਼ ਜਾਅਦੀ ਸਨ ਦਿਨੇਸ਼ ਨੇ ਸਤੋਖਾ ਧੜੀ ਨਾਲ 17 ਮਿਲੀਅਨ ਅਮਰੀਕੀ ਡਾਲਰ ਦੀ ਰਾਹਤ ਸਰਕਾਰ ਤੋਂ ਹਾਸਲ ਕਰ ਲਈ ਸੀ ਉਸ ਰਕਮ ਨਾਲ ਉਸਨੇ ਕਈ ਮਹਿੰਗੀਆਂ ਸ਼ਾਹੀਕਾਰਾਂ ਖਰੀਦ ਲਈਆਂ ਤੇ ਕਈ ਮਕਾਨ ਖਰੀਦ ਲਏ ਹੁਣ ਅਮਰੀਕੀ ਪ੍ਰਸ਼ਾਸਨ ਅਜਿਹੇ ਵਿਅਕਤੀਆਂ ਤੇ ਸੰਗਠਨਾ ਪ੍ਰਤੀ ਬਹੁਤ ਸਖਤ ਹੋ ਗਿਆ ਹੈ ਜਿਨ੍ਹਾਂ ਨੇ ਝੂਠ ਬੋਲ ਕੇ ਰਾਹਤ ਦੀਆਂ ਮੋਟੀਆਂ ਰਕਮਾਂ ਦਕਾਰੀਆਂ ਹਨ ਹੁਣ ਅਮਰੀਕੀ ਪ੍ਰਸ਼ਾਸਨ ਦਿਨੇਸ਼ ਸ਼ਾਹ ਦੇ ਸਾਰੇ 8 ਮਕਾਨ ਅਨੇਕ ਸ਼ਾਹੀ ਵਾਹਨ ਤੇ ਬੈਂਕਾਂ ਚ ਪਈ ਨਕਦੀ ਤੇ ਹੋਰ ਕੀਮਤੀ ਵਸਤਾਂ ਜਬਤ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ ਤਾਂ ਦੋਸਤੋ ਵੱਡੀ ਖਬਰ ਅਮਰੀਕਾ ਦੇ ਵਿੱਚ ਭਾਰਤੀ ਦਿਨੇਸ਼ ਸ਼ਾਹ ਵੱਲੋਂ ਵੱਡੀ ਠੱਗੀ ਹੈ ਜਿਹੜੀ ਅਮਰੀਕੀ ਸਰਕਾਰ ਨਾਲ ਮਾਰੀ ਗਈ ਹੈ ਇਸ ਖਬਰ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦਿਓ ਜਲਦੀ ਮਿਲਦੇ ਹਾਂ ਇੱਕ ਨਵੀਂ ਤੇ ਤਾਜ਼ਾ ਖਬਰ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ